ਬਰਨਾਲਾ ਦੇ ਇੱਕ ਸ਼ਰਾਬ ਦੇ ਕਾਰੋਬਾਰੀ ਹਿਮਾਂਸ਼ੂ ਦਾਨੀਆ ਦੀ ਦੋ ਬਾਈਕ ਸਵਾਰ ਲੜਕਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੁਟੇਰੇ ਮ੍ਰਿਤਕ ਦੇ ਸਾਥੀ ਸੰਜੀਵ ਕੁਮਾਰ ਕੋਲੋਂ 5,50,000 ਰੁਪਏ ਲੁੱਟ ਕੇ ਫਰਾਰ ਹੋ ਗਏ। ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋ ਲੜਕਿਆਂ ਨੇ ਜਿਸ ਥਾਂ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਬਰਨਾਲਾ ਪੁਲਿਸ ਚੌਂਕੀ ਤੋਂ ਮਹਿਜ਼ ਕੁਝ ਦੂਰੀ ਤੇ ਹੀ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਣ ਵਿੱਚ ਲੱਗੀ ਹੋਈ ਹੈ, ਪਰ ਅਜੇ ਤੱਕ ਇਹਨਾਂ ਦੋਸ਼ੀ ਲੜਕਿਆਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਿਆ। ਰਾਤ ਦੀ ਤਕਰੀਬਨ 10:40-45 ਦਾ ਟਾਈਮ ਤਾਂ ਬੱਸ ਸਟੈਂਡ ਵਾਲੇ ਠੇਕੇ 'ਚ ਅਸੀਂ ਬੈਠੇ ਤੇ ਉੱਥੇ ਗੱਡੀ ਆਈ ਹੈ, ਉਹਨਾਂ ਨੇ ਸਾਨੂੰ ਕੈਸ਼ ਦਿੱਤਾ। ਕੈਸ਼ ਲੈ ਕੇ ਅਸੀਂ 5 ਮਿੰਟ ਬਾਅਦ ਠੇਕੇ 'ਚੋਂ ਨਿਕਲ ਪਏ ਹਾਂ। ਸ਼ਨੀ ਮੰਦਰ ਵਾਲੀ ਗਲੀ ਦੇ ਮੋੜ 'ਤੇ ਆਉਂਦੇ ਹੀ ਫਾਇਰ ਆਇਆ, ਜਿਹੜਾ ਅੱਗੇ ਮੈਨੂੰ ਲੱਗਿਆ ਮੋਟਰਸਾਈਕਲ ਗਿਰ ਗਿਆ। ਇੱਕ ਬੰਦਾ ਆਉਂਦਾ ਦਿਖਿਆ ਮੈਨੂੰ, ਜਿਹਨੇ ਕਿਹਾ ਕਿ ਹੋਰ ਚਲਾ ਲਿਆ, ਬੈਗ ਛੱਡ ਦੇ। ਬੈਗ ਚੱਕਿਆ, ਪਿੱਛੇ ਮੋਟਰਸਾਈਕਲ ਲਾਇਆ, ਮੋਟਰਸਾਈਕਲ ਦੇ ਉੱਪਰ ਬੈਠ ਕੇ ਤਰਕਸ਼ੀਲ ਚੌਂਕ ਨੂੰ ਸਿੱਧਾ ਨਿਕਲ। ਇਹ ਘਟਨਾ ਕੱਲ੍ਹ ਰਾਤ 10:30 ਦੇ ਕਰੀਬ ਦੀ ਹੈ, ਜਿਹਦੇ ਵਿੱਚ ਕਿ ਹਿਮਾਂਸ਼ੂ ਦਾਨੀਆ ਨਾਮ ਦਾ ਇੱਕ ਵਿਅਕਤੀ, ਜੋ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਨਾਲ ਹਿੱਸੇਦਾਰ ਵੀ ਸੀ ਅਤੇ ਉਹਨਾਂ ਦੇ ਨਾਲ ਕੰਮ ਵੀ ਕਰਦਾ ਸੀ, ਉਸਨੂੰ ਦੋ ਲੜਕਿਆਂ ਨੇ ਜਿਹੜੇ ਕਿ ਮੋਟਰਸਾਈਕਲ 'ਤੇ ਆਏ ਸਨ, ਉਹਨਾਂ ਨੇ ਲੁੱਟਣ ਦੀ ਨੀਅਤ ਦੇ ਨਾਲ ਉਸਦੇ ਗੋਲੀ ਮਾਰੀ, ਅਤੇ ਜਿਹਦੇ ਕਾਰਨ ਕਿ ਜਦੋਂ ਉਹਨੂੰ ਰੈਫਰ ਕੀਤਾ ਗਿਆ ਲੁਧਿਆਣੇ ਹਸਪਤਾਲ 'ਤੇ, ਉੱਥੇ ਉਹਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਅਸੀਂ ਤਫਤੀਸ਼ ਕੀਤੀ ਹੈ, ਜਿਹੜੇ ਵਿਅਕਤੀ ਸੀਗੇ ਉਹ ਮੁੰਡੇ ਨੌਜਵਾਨ ਸੀ ਅਤੇ ਪੁਰਾਣੇ ਜੇ ਪਤਲੇ ਮੋਟਰਸਾਈਕਲ 'ਤੇ ਉਹਨਾਂ ਨੂੰ ਸਪੋਰਟ ਕੀਤਾ ਗਿਆ, ਅਤੇ ਰਾਤ ਦਾ ਸਮਾਂ ਹੋਣ ਕਰਕੇ ਜ਼ਿਆਦਾ ਆਈ ਵਿਟਨੈਸ ਪੁਲਿਸ ਦੇ ਕੋਲ ਸਾਹਮਣੇ ਨਹੀਂ ਆਏ ਹਨ, ਅਤੇ ਜਿਹੜੀ ਕੁੱਲ ਜਿਹੜੀ ਜ਼ਰੂਰਤ ਹੈ ਇਹਦੇ ਵਿੱਚ ਉਹ 5:30 ਦੇ ਕਰੀਬ ਰਿਪੋਰਟ ਹੋਈ ਹੈ ਸਾਨੂੰ। ਔਰ ਪੁਲਿਸ ਵੱਲੋਂ ਬਰਨਾਲਾ ਦੇ ਵਿੱਚ ਵੱਖ ਵੱਖ ਟੀਮਾਂ ਬਣਾਈਆਂ ਹੋਈਆਂ ਹਨ, ਜਿਹੜੀਆਂ ਕਿ ਇਹਨਾਂ ਦੋਸ਼ੀਆਂ ਦੀ ਜਾਂਚ ਪੜਤਾਲ ਕਰਕੇ ਲੱਭ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।